ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਬਾਹਰ ਪੰਜ ਪਿੰਡਾਂ ਦੇ ਲੋਕਾਂ ਨੇ ਲਗਾਇਆ ਧਰਨਾ। ਲੋਕਾਂ ਦੇ ਨਾਲ ਲੋਨ ਦੇ ਨਾਮ ਤੇ ਠੱਗੀ ਮਾਰਨ ਵਾਲੀ ਆਂਗਨਵਾੜੀ ਵਰਕਰ ਦੇ ਖਿਲਾਫ ਕੀਤੀ ਕਾਰਵਾਈ ਦੀ ਮੰਗ। ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਬਾਹਰ ਅੱਜ ਪੰਜ ਪਿੰਡਾਂ ਦੇ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ ਅਤੇ ਇਹਨਾਂ ਪਿੰਡਾਂ ਦੇ ਵਿੱਚ ਲੋਨ ਦਿਵਾਉਣ ਦੇ ਨਾਮ ਤੇ ਠੱਗੀ ਕਰਨ ਵਾਲੀ ਆਂਗਨਵਾੜੀ ਵਰਕਰ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਗਈ। ਲੋਕਾਂ ਨੇ ਦੱਸਿਆ ਕਿ ਆਂਗਨਵਾੜੀ ਵਰਕਰ ਵੱਲੋਂ कई पिंडां दे विच जाके ठगी मारी गई है अते लखां रुपए हड़प कर ले गए हैं। उन्होंने कहा कि इन्हां वल्लों पहलां भी इस दे खिलाफ कार्रवाई की मंग की गई सी, लेकिन प्रशासन वल्लों कोई कार्रवाई नहीं की गई, जिस दे चलदियां उन्हां वल्लों अज मजबूरीवश धरना दिता जा रहा है अते कार्रवाई की मंग की जा रही है। की नाम है भाई जी अपना? मेरा नाम राजकुमार है। अच्छा, की मसला है, क्यों अज बैठे जी इत्थे? आए हैं जी, एक आंगनवाड़ी वर्कर है प्रकाश कौर है, ਇਹ ਲੱਗੀ ਵੀ ਜੀ ਆਂਗਣਵਾੜੀ ਵਿੱਚ ਸਾਡੇ ਪਿੰਡ ਮੁੰਬੇਗੀ ਦੇ। ਇਹਨੇ ਸਾਰੇ ਲੋਕਾਂ ਨੂੰ ਕਿਸੇ ਨੂੰ ਝਾਂਸਾ ਦੇ ਕੇ ਛਿੱਡਾਂ ਦਾ, ਕਿਸੇ ਨੂੰ ਲਾਉਣ ਦਾ, ਕਿਸੇ ਨੂੰ ਪਸ਼ੂਆਂ ਦਾ, ਜਿਵੇਂ ਵੀ ਇਹ ਕਿਸੇ ਕੋਲੋਂ 7000, ਕਿਸੇ ਕੋਲੋਂ 5000, ਕਿਸੇ ਕੋਲੋਂ 8000, ਕਿਸੇ ਕੋਲੋਂ 10000 ਵੀ ਲਿਆ ਇਹਨੇ, ਜੋ ਕਿ ਇਹਨੇ ਸਾਰਿਆਂ ਨਾਲ ਠੱਗੀ ਕੀਤੀ। ਉਸ ਵਾਸਤੇ ਅਸੀਂ ਇੱਥੇ ਅੱਜ ਆਏ ਹਾਂ ਡੀਸੀ ਸਾਹਿਬ। ਅਤੇ ਕੀ ਗੱਲਬਾਤ ਹੋਈ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ? ਪ੍ਰਸ਼ਾਸਨ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਜੀ। ਉਹਨਾਂ ਯਕੀਨ ਦਵਾਇਆ ਸਾਨੂੰ ਵੀ ਤੁਸੀਂ ਇਹ ਸਾਨੂੰ ਅੱਜ ਦਰਖਾਸਤ ਦਿਓ ਨਵੀਂ ਲਿਖਾ ਕੇ, ਤਾਂ ਅਸੀਂ ਉਹਦੇ 'ਤੇ ਕਾਰਵਾਈ ਜਿਹੜੀ ਹੈ ਬਣਦੀ ਉਹ ਕਰਾਂਗੇ। ਕਿੰਨਾ ਕੁ ਵੱਡੀ ਠੱਗੀ ਹੈ ਜਿਹੜੀ ਇਹ ਹੋਈ ਹੈ? ਇਹ ਵੱਡੀ ਜੀ 7-8 ਲੱਖ, ਤਕਰੀਬਨ 7-8 ਲੱਖ ਕਿ 10 ਲੱਖ ਦੀ ਵੀ ਹੋ ਸਕਦੀ ਹੈ। ਸਾਡੇ ਜਹਿਨ 'ਚ ਜਿੰਨੀ ਵੀ ਹੈ ਵੀ 7-8 ਲੱਖ ਦੀ ਆ ਰਹੀ ਹੈ ਸਾਡੇ ਜਹਿਨ 'ਚ। ਜੇ ਨਹੀਂ ਕਾਰਵਾਈ ਹੁੰਦੀ ਤਾਂ ਕਿੱਦਾਂ ਦਾ ਰਹੇਗਾ ਐਕਸ਼ਨ ਤੁਹਾਡਾ? ਜੇ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਡੀਸੀ ਸਾਹਿਬ ਦੇ ਆਫਿਸ ਮੂਹਰੇ ਧਰਨਾ ਦੇਵਾਂਗੇ, ਅਤੇ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਉਨਾ ਟਾਈਮ ਸੰਘਰਸ਼ ਕਰਾਂਗੇ। ਅਸੀਂ ਬੈਠੇ ਜੀ ਪ੍ਰਕਾਸ਼ ਕੌਰ, ਪਿੰਡ ਵਾੜ ਵਾਲੇ ਦੀ ਮੁੰਬੇ ਕਿਆ ਲੱਗੀ ਹੋਈ ਹੈ ਆਂਗਣਵਾੜੀ, ਬਹੁਤ 10 ਸਾਲ ਤੋਂ ਰਹਿ ਰਹੀ ਹੈ। ਅੱਛਾ ਜੀ। ਸਾਨੂੰ ਉਹਨੇ ਆਖਿਆ ਜੀ ਇੱਕ ਫਾਰਮ ਆਇਆ ਹੈ ਮੱਝਾਂ ਦੇ ਲਾਉਣ ਦਾ। ਅੱਛਾ ਜੀ। ਮੱਝਾਂ ਦਾ ਲਾਉਣ ਹੈ ਜੀ 400 ਤੇ 40 ਰੁਪਈਆ ਇੱਕ ਮੈਂ ਦਾ, ਦੋ ਮੱਝਾਂ ਦਾ 880, ਕਿਸੇ ਦੋ ਦਾ ਭਰਾਇਆ ਕਿਸਤਾਵਣੀ 1700, ਇਹ ਸਾਡੇ ਸਚਾਰਾਂ ਦਾ ਭਰਾਇਆ, ਕਿਸੇ ਪੰਜਾਂ ਦਾ ਭਰਾਇਆ। ਗਰੀਬ ਲੋਕ ਵਿਚਾਰੇ ਕੀ ਕਰਨ ਬਿਆਡਰ ਵਾਲੇ, ਚੱਲ ਬੀਬੀਆਂ ਆਸਰਾ ਤੱਕ ਹੀ ਲੈਂਦੀਆਂ ਨੂੰ। ਉਹ ਸਾਹਿਬ ਤੇ ਫਿਰ ਆਇਆ ਆਂਦੀ ਆਖੇ ਮੈਂ ਬਾਲੇ ਵਾਲੀ ਛੱਤਾਂ ਦਾ, ਇਹ ਤੁਹਾਨੂੰ ਕੋਈ ਨੀ ਪੈਸਾ ਭਰਨਾ ਪੈਣਾ, ਇਹ ਫ੍ਰੀ ਲੋਨ ਹੈ, ਇਹਦਾ 2400 ਪਹਿਲੇ ਲੈ ਗਈ ਆ ਪਹਿਲੀ ਕਿਸ਼ਤ, ਇਹ ਹੈਗਾ ਫਾਰਮਾਂ ਦਾ ਖਰਚਾ 1000 ਰੁਪਈਆ, ਗੁਰਪੁਰਬ ਵਾਲੇ ਦੇ ਲੈ ਗਈ ਹੈ ਸਾਰਿਆਂ ਕੋਲੋਂ, ਇਹ 1000 ਰੁਪਈਆ ਬੀਮਾ ਇਹ ਲੈ ਗਈ ਹੈ, ਇਹ ਤੁਹਾਨੂੰ ਵਾਪਸ ਨਹੀਂ ਕਰਨੇ ਪੈਣੇ। ਸਾਨੂੰ ਵਾਰ ਵਾਰ ਕਹਿੰਦੀ ਮੇਰੇ ਤਬਾਰ ਕੋਨੀ ਨੇ, ਮੈਂ ਇੰਨੇ ਦਿਨਾਂ ਤੋਂ ਰਹਿ ਰਹੀ ਹਾਂ ਇੱਥੇ, 10 ਸਾਲ ਹੋ ਗਏ ਮੇਰੇ ਤਬਾਰ ਕੋਨੀ ਨੇ, ਅਸੀਂ ਉਹਦੇ ਤਬਾਰ ਤੇ ਅਸੀਂ ਪੈਸੇ ਭਰਾਏ, ਪਰ ਸਾਨੂੰ ਪਿੱਛੇ ਆਉਂਦੀ ਜਿਹੜੇ ਲਵਣ ਵਾਲੇ ਗਏ ਸੀ ਉਹ ਭੱਜ ਗਏ, ਸਾਨੂੰ ਜਵਾਬ ਦੇ ਗਈ। ਹੁਣ ਕਹਿੰਦੀ ਮੇਰਾ ਕੀ ਕਰ ਰਹੇ ਸੀ, ਨਾ ਪੈਸੇ ਮੁੰਬੇ ਨੂੰ ਅੱਜ ਦੇਵਾ ਨਾ ਮੈਂ ਕੱਲ ਦੇਵਾ। ਕਿੰਨੇ ਪੈਸੇ ਨੇ ਜਿਹੜੇ ਠੱਗੀ ਹੋਈ ਹੈ, ਕਿੰਨੇ ਲੋਕ ਨੇ? 6-7 ਪਿੰਡ ਹੈਗੇ ਨੇ। ਹਾਂਜੀ। ਤੁਹਾਡੇ ਪਿੰਡ ਵਿੱਚੋਂ ਕਿੰਨੇ ਹੈਗੇ? ਸਾਡੇ ਪਿੰਡ ਵਿੱਚੋਂ 60-70 ਹੈਗਾ, ਕਿਸੇ ਦਾ 10000 ਹੈ, ਕਿਸੇ ਦਾ 5000 ਹੈ, ਕਿਸੇ ਦਾ 4000, ਕੋਈ ਮੱਝਾਂ ਦਾ ਲਾਉਣ, ਕੋਈ ਕਿਸ ਤਰ੍ਹਾਂ, ਕੁੱਲ ਮਿਲਾ ਤੇ 2 ਲੱਖ ਰੁਪਈਆ ਹੈਗਾ ਸਾਡੇ ਪਿੰਡ ਦਾ। ਮੁੰਬੇ ਕਿਹਾ ਦਾ ਐਪਲੀਕੇਸ਼ਨ ਥਾਣੇ ਵਿੱਚ ਨਹੀਂ ਦਿੱਤੀ? ਕੀਤੀ ਹੋਈ ਹੈ ਸੰਤਾ, ਅਸੀਂ ਲਾਈ ਸੀ 17 ਚ ਲਾਈ ਸੀ, 17 ਸਾਡੀ ਕੋਈ ਨਹੀਂ ਸੁਣੀ, ਫਿਰ ਅਸੀਂ SSP ਤੇ ਲਾਈ ਸੀ, ਫਿਰ ਉਹਨੇ ਦਰਖਾਸਤ ਲਿਆ ਤੇ ਦਿੱਤੀ, ਅਸੀਂ ਸੰਤਾ ਸਿੰਘ ਹੈਗਾ DC ਅਫਸਰ, ਅਸੀਂ ਉੱਥੇ ਗਏ ਸੀ, ਸਾਡੇ 70 ਬੰਦੇ ਦੇ ਅੰਗੂਠੇ ਸਾਈਨ ਹੋਏ ਨੂੰ ਸਾਡੀ ਕੋਈ ਸੁਣਾਈ ਨਹੀਂ ਹੋਈ। ਕੀ ਮਾਮਲਾ ਹੈ ਜੀ ਇਹ ਸਾਰਾ? ਇਹ ਮਾਮਲਾ ਸਰ ਇਹ ਹੈ ਵੀ ਪ੍ਰਕਾਸ਼ ਕੰਬੋਜ ਸਾਡੇ ਪਿੰਡ ਚ ਆਂਗਣਵਾੜੀ ਵਰਕਰ ਹੈ, ਘੱਟ ਤੋਂ ਘੱਟ ਵੀ 10-12 ਸਾਲ ਹੋ ਗਏ ਉਹਨੂੰ, ਤੇ ਸਾਡੇ ਪਿੰਡ ਵਾਲਿਆਂ ਦਾ ਯਕੀਨ ਕਾਫੀ ਬਣਿਆ ਸੀਗਾ, ਪਿੰਡ ਦੀ ਧੀ ਭੈਣ ਬਣੀ ਸੀ, ਵੋਟ ਵੀ ਉਹਦੀ ਉੱਥੇ ਹੈਗੀ ਮੁੰਬੇ ਕੇ ਪਿੰਡ ਚ, ਉਹਨੇ ਪਿੰਡ ਚ ਲੋਕਾਂ ਨੂੰ ਫਾਰਮ ਲੈ ਕੇ ਗਈ ਸਰਕਾਰੀ, ਇਸ ਤਰ੍ਹਾਂ ਤੁਹਾਨੂੰ ਮੱਝਾਂ ਦੇ ਲੋਨ ਕਰਾ ਕੇ ਦਿੰਦੀ ਹਾਂ, ਅਤੇ ਜਿਨ੍ਹਾਂ ਦੇ ਕੱਚੇ ਮਕਾਨ ਹੈਗੇ ਨੇ ਉਹਨਾਂ ਨੂੰ ਬਾਲੇ ਵਾਲੀ ਛੱਤਾਂ ਹੈਗੀਆਂ ਨੇ, ਉਹਨਾਂ ਨੂੰ 50-50 ਹਜ਼ਾਰ ਰੁਪਈਆ ਸਰਕਾਰ ਵੱਲੋਂ ਸਕੀਮ ਆਈ ਹੈ, ਅਤੇ ਪਿੰਡ ਦੇ ਲੋਕ ਜਨਾਨੀਆਂ ਵਿਚਾਰੀਆਂ ਅਨਪੜ੍ਹ ਹੈਗੀਆਂ, ਉਹਨਾਂ ਆਖਿਆ ਵੀ ਚੱਲ ਪਿੰਡ ਦੀ ਧੀ ਭੈਣ ਚੰਗੀ ਬਣੀ ਹੋਈ ਹੈ ਅਤੇ ਉਹ ਸਾਨੂੰ ਝੂਠ ਝੂਠਾ ਬੋਲੇਗੀ, ਉਹਨਾਂ ਯਕੀਨ ਕਰਕੇ ਅਤੇ ਇਹਨੇ ਇੱਕ ਇੱਕ ਮਕਾਨ ਦਾ 2400 ਰੁਪਈਆ ਲਿਆ, ਕਿਸੇ ਦੇ 2 ਮਕਾਨ ਲਿਖੇ ਹੈ, ਇੱਕ ਮੱਝ ਦਾ ਲੋਨ ਕਰਾਉਣ ਵਾਸਤੇ 1000 ਰੁਪਈਆ ਇਹਨੇ ਪਹਿਲਾਂ ਲਿਆ, ਠੀਕ ਹੈ, ਉਸ ਤੋਂ ਬਾਅਦ 2-3 ਮਹੀਨੇ ਆਲ ਟਾਲ ਕਰਦੀ ਰਹੀ ਵੀ ਇਸ ਤਰ੍ਹਾਂ ਬਸ ਤੁਹਾਡਾ ਲੋਨ ਪਾਸ ਹੋ ਗਿਆ, ਬਸ ਬੈਂਕ ਵਾਲੇ ਆਉਣਗੇ ਤੁਹਾਡੇ ਕੋਲ ਰਿਪੋਰਟ ਲੈ ਕੇ ਜਾਣਗੇ, ਮੱਝਾਂ ਦੇ ਵੇਖ ਕੇ ਜਾਣਗੇ, ਉਹ ਇਹਨੇ ਕੋਈ ਰੱਬ ਜਾਣੇ ਦਿਹਾੜੀਏ ਰੱਖੇ ਕਿਵੇਂ, ਬੰਦੇ 4 ਲਿਆ ਕੇ ਮੱਝਾਂ ਦੀ ਫੋਟੋਆਂ ਕਰਾਈਆਂ ਵੀ ਪਿੰਡ ਵਾਲਿਆਂ ਨੂੰ ਇਹਨੇ ਇੱਕ ਤਰ੍ਹਾਂ ਆਪਦੇ ਚਾਂਸੇ 'ਚ ਕਰ ਲਿਆ ਵੀ ਬਾਕੀ ਕੋਈ ਕੰਮ ਕਰਾ ਦੀ ਪਈ। 3-4 ਮਹੀਨੇ ਹੋ ਗਏ ਜਦੋਂ ਅਸੀਂ ਉਹਨੂੰ ਪੁੱਛਦੇ ਵੀ ਹਾਂ ਮੈਡਮ ਸਾਡਾ ਲੋਨ ਦਾ ਕੀ ਹੋਇਆ ਅਤੇ ਕਿੱਥੋਂ ਤੱਕ ਪਹੁੰਚੀ ਗੱਲ, ਅੱਗੋਂ ਕਹਿੰਦੀ ਬਸ
ਤੁਹਾਡੇ ਲੋਨ ਪਾਸ ਹੋ ਗਏ ਨੇ ਤੇ 1,000 ਰੁਪਇਆ ਪਹਿਲਾਂ ਤੁਸੀਂ ਹੋਰ ਪਾਓ। ਇਸ ਤਰ੍ਹਾਂ ਕਰਦੇ ਕਰਾਉਂਦੇ ਨੇ, ਕਿਸੇ ਕੋਲ 5,000, ਕਿਸੇ ਕੋਲ 7,000, ਇਸ ਤਰ੍ਹਾਂ ਕਰਕੇ ਪੈਸੇ ਵਸੂਲ ਕੇ ਤੇ ਘੱਟੋ ਘੱਟ 3-4 ਮਹੀਨਾ ਬਾਅਦ ਜਦ ਇਸ ਨੂੰ ਪੁੱਛਿਆ ਤਾਂ ਸਾਫ ਹੀ ਮੁੱਕਰ ਗਈ। ਕਹਿੰਦੀ ਜਿਹੜੇ ਸਾਡੇ ਬੈਂਕ ਮੈਨੇਜਰ ਸੀਗੇ, ਵਿਜੇ ਕੁਮਾਰ ਨਾਂ ਦੱਸਦੀ ਹੈ, ਪਿੰਡ ਨਿਹਾਲ ਖੇੜੇ ਦਾ, ਕਹਿੰਦੇ ਵੀ ਉਹ ਬੈਂਕ ਮੈਨੇਜਰ ਭੱਜ ਗਿਆ ਇੱਥੋਂ ਸਾਡੇ ਨਾਲ ਠੱਗੀ ਮਾਰ ਕੇ। ਇਹ ਸਾਨੂੰ ਕਹਿੰਦੀ ਵੀ ਅਸੀਂ ਠੱਗੀ ਮਾਰ ਕੇ ਗਏ, ਉਹ ਠੱਗੀ ਮਾਰ ਕੇ ਸਾਡੇ ਨਾਲ ਭੱਜ ਗਿਆ। ਤੇ ਅਸੀਂ ਆਖਿਆ ਵੀ ਅਸੀਂ ਤਾਂ ਤੈਨੂੰ ਜਾਣਦੇ ਹਾਂ, ਅਸੀਂ ਵਿਜੇ ਕੁਮਾਰ ਨੂੰ ਨਹੀਂ ਜਾਣਦੇ। ਹੈਂ ਜਦੋਂ ਇਸ ਤਰ੍ਹਾਂ ਇਹਨੂੰ ਪੁੱਛਿਆ, ਜਦੋਂ ਇਹਨੂੰ ਪੇਮੈਂਟ ਇਹਨੂੰ ਦਿੱਤੀ ਸੀਗੀ, ਅਸੀਂ ਤਾਂ ਇਹਨੂੰ ਪੁੱਛਣਾ ਸੀਗਾ, ਜਦੋਂ ਇਹਨੂੰ ਪੁੱਛਿਆ ਤਾਂ ਇਹ ਕਹਿੰਦੀ ਵੀ ਮੇਰਾ DC ਮੈਡਮ ਨਾਲ ਮੇਰੇ ਚੰਗੇ ਤਾਲੁਕਾਤ ਹੈਗੇ ਨੇ, ਮੇਰੇ ਫਲਾਣੇ SSP ਨਾਲ ਬਣਦੀ ਹੈ, ਤੁਹਾਡੇ ਕੋਲ ਜਿਹੜਾ ਹੁੰਦਾ ਕਰ ਲਓ ਤੁਸੀਂ। ਅਸੀਂ ਗਰੀਬ ਬੰਦੇ ਆ, ਵੇਖ ਲਓ ਤੁਸੀਂ ਕਿੰਨੇ ਪਿੰਡ ਦੇ ਜਨਾਨੀਆਂ ਬੰਦੇ ਆਏ ਬੈਠੇ ਹੈ, ਤੇ ਇਹ ਸਰਕਾਰੀ ਮੁਲਾਜ਼ਮ ਹੈ, ਇਸ ਦਾ ਮਤਲਬ ਇਹ ਤਾਂ ਨਹੀਂ ਵੀ ਇਹ ਕਿਸੇ ਨਾਲ ਵੀ ਠੱਗੀ ਮਾਰ ਕੇ ਤੇ ਐਵੇਂ ਫਿਰਦੀ ਰਹੇ। ਹਾਂ, ਅਸੀਂ ਹੁਣ ਸਾਰੇ ਬੰਦੇ ਇੱਥੇ ਆਏ ਬੈਠੇ ਹਾਂ, ਜੇਕਰ ਸਾਡੀ ਇਹ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ DC ਸਾਹਿਬ ਦੇ ਇੱਥੇ ਧਰਨਾ ਲਾਵਾਂਗੇ ਗੇਟ ਮੂਹਰੇ। ਜਦੋਂ ਤੱਕ ਸਾਡੀ ਸੁਣਵਾਈ ਆਉਂਦੀ ਸਾਨੂੰ ਇਨਸਾਫ ਨਹੀਂ ਮਿਲਦਾ, ਸਾਡੇ ਪੈਸੇ ਵਾਪਸ ਕਰਾਏ ਜਾਣ ਤੇ ਇਸ ਵਰਕਰ ਨੂੰ, ਆਂਗਣਵਾੜੀ ਵਰਕਰ ਨੂੰ ਸਾਡੇ ਪਿੰਡ ਚੋਂ ਬਾਹਰ ਕੱਢਿਆ ਜਾਵੇ। ਕਿੰਨੇ ਲੋਕ ਸ਼ਿਕਾਰ ਹੋਏ ਨੇ, ਕਿੰਨੇ ਪਿੰਡਾਂ ਦੇ ਲੋਕ ਨੇ ਜਿਹੜੇ ਸ਼ਿਕਾਰ ਹੋਏ ਨੇ? ਇਹ ਸਰ ਪਿੰਡ ਘੱਟ ਤੋਂ ਘੱਟ ਵੀ 5-7 ਪਿੰਡ ਹੈਗੇ ਨੇ ਸਾਡੇ ਲਾਗੇ, 5-7 ਪਿੰਡਾਂ ਦੇ ਬੰਦੇ ਇਹ ਠੱਗੀ ਦੇ ਸ਼ਿਕਾਰ ਹੋਏ ਨੇ।